पेट्रोल अते डीजल दियां लगातार कीमतां वधदियां जा रहियां ने। जेकर पिछले महीने की 23 तरीक तो गल करिए तां लगातार 25 पैसे 50 पैसे करके जिहड़ा अज पेट्रोल का रेट 101 रुपए 82 पैसे हो चुका है। डीजल का रेट 83 रुपए 70 पैसे तो वधना शुरू होया सी ते अज रेट है जिहड़ा 90 रुपए 54 पैसे हो चुका है। असीं पेट्रोल पंप ते खड़े हाँ, वीर जी की कहोगे, पेट्रोल ते डीजल दी कीमतां तय हो रही ने, इहदे नाल महंगाई भी तय हुंदी है जी। वीर जी गवर्नमेंट का बुरा हाल है जी, ਜਿਹੜੀਆਂ ਗੱਲਾਂ ਕਰਦੇ ਨੇ ਉਹ ਗੱਲਾਂ ਤੇ ਪੂਰ ਨਹੀਂ ਚੜਦੇ। ਤੁਸੀਂ ਆਪ ਹੀ ਦੇਖ ਲਓ ਵੀ ਮਹਿੰਗਾਈ ਦਾ ਕਿੰਨਾ ਜ਼ਿਆਦਾ ਮਹਿੰਗਾਈ ਵੱਧ ਰਹੀ ਹੈ। ਜਿਹੜੇ ਵਾਅਦੇ ਨੇ ਉਹਨਾਂ ਵਾਅਦਿਆਂ ਤੋਂ ਮੁੱਕਰ ਕੇ ਇਹ ਹਰ ਰੋਜ਼ ਵਾਅਦੇ ਕਰਦੇ ਨੇਗੇ, ਵਾਅਦਿਆਂ ਤੋਂ ਮੁੱਕਰ ਕੇ ਤੁਸੀਂ ਦੇਖ ਲਓ ਸੈਂਟਰ ਗਵਰਨਮੈਂਟਸ ਨੇ ਕੀ ਕੀਤਾ ਤੇ ਪੰਜਾਬ ਗਵਰਨਮੈਂਟ ਦਾ ਕੀ ਹਾਲ ਹੈ। ਇਹ ਆਪਦੇ ਟੈਕਸੀ ਤੇ ਆਪਦਾ ਘਰ ਪੂਰਾ ਕਰਕੇ ਲੋਕਾਂ ਦੀ ਲੁੱਟਮੋਰੀ ਕਰ ਰਹੇ ਨੇ। ਤੁਸੀਂ ਨਹੀਂ ਸਮਝੇ ਜਿਹੜੇ ਵੀ ਇਹਦੇ ਨਾਲ ਮਹਿੰਗਾਈ ਵੀ ਤੈਅ ਹੁੰਦੀ ਹੈ। ਮਹਿੰਗਾਈ ਤਾਂ ਹੋ ਹੀ ਰਹੀ ਹੈ ਵੀਰ ਜੀ, ਰੋਜ਼ ਦੇ ਇਹਨਾਂ ਦੇ ਦੇਖ ਲਓ ਤੁਸੀਂ, ਹੁਣ ਇਹ ਹਰੇਕ ਤੇ ਬੋਝ ਪੈ ਰਿਹਾ ਚੀਜ਼ ਦਾ, ਹਰੇਕ ਵਪਾਰ ਨੂੰ, ਹਰੇਕ ਬਿਜ਼ਨਸ ਨੂੰ, ਹਰੇਕ ਇੱਕ ਆਪਣੇ ਕਿਸਾਨ ਨੂੰ, ਜਿਹਨਾਂ ਟਰੈਕਟਰ ਟਰਾਲੀਆਂ ਰੋਜ਼ ਦੇ ਕੰਮਾਂ ਕਾਰਾਂ ਦੇ ਰੋਜ਼ ਯੂਜ਼ ਹੋਣ ਵਾਲੀ ਚੀਜ਼ ਹੈ, ਡੇਲੀ ਯੂਜ਼ ਵਾਲੀ ਚੀਜ਼ਾਂ ਨੇ, ਜਿਹਨਾਂ ਤੇ ਇਹ ਮਹਿੰਗਾਈ ਰੋਜ਼ ਕਰ ਰਹੇ ਨੇ ਜੀ। ਜ਼ਰੂਰ, ਜਿਸ ਤਰ੍ਹਾਂ ਲੋਕ ਪਰੇਸ਼ਾਨ ਹੋ ਰਹੇ ਨੇ ਪੈਟਰੋਲ ਅਤੇ ਡੀਜ਼ਲ ਦੀ ਕੀਮਤਾਂ ਨਾਲ, ਤੁਸੀਂ ਦੇਖ ਸਕਦੇ ਹੋ ਕਿ ਪੈਟਰੋਲ ਪੰਪ ਤੇ ਹੋਰ ਵੀ ਜਿਹੜੇ ਨੇ ਲੋਕ ਆਏ ਨੇ। ਵੀਰ ਜੀ ਕੀ ਕਹੋਗੇ, ਰੋਜ਼ ਤੇਲ ਦੇ ਰੇਟ ਵਧ ਰਹੇ ਨੇ ਜੀ, ਕੀ ਕਹੋਗੇ ਜੀ? ਬਹੁਤ ਬੁਰਾ ਹਾਲ ਹੈ ਸਾਡੀ ਸਰਕਾਰਾਂ ਦਾ। ਬੰਦਾ ਉਹੀ ਵੈਸੀ ਗਰੀਬੀ ਨਾਲ ਮਰੀ ਪਈ ਆ ਦੁਨੀਆ, ਤਾਂ ਲੋਕਡਾਊਨ ਨੇ ਮਾਰ ਰੱਖਿਆ ਸੀਗਾ ਰਹਿੰਦਾ ਖੁੰਦਾ ਤੇਲ, 100 ਦਾ ਆਂਕੜਾ ਪਾਰ ਕਰ ਗਿਆ ਜੀ। ਤੁਸੀਂ ਇਹ ਦੇਖੋ ਵੀ ਐਵਰੇਜ ਵੀ ਘੱਟ ਹੁੰਦੀ ਹੈ ਤੇ ਤੇਲ ਵੀ ਵੱਧ ਰਿਹਾ ਤੇ ਡੀਜ਼ਲ ਵੀ ਵੱਧ ਰਿਹਾ ਜੀ। ਬਿਲਕੁਲ ਦੋਨੋਂ ਚੀਜ਼ਾਂ ਕੋਈ ਸਰਕਾਰ ਨਹੀਂ ਇਹਨੂੰ ਡਾਊਨ ਕਰ ਰਹੀ। ਤੁਹਾਨੂੰ ਲੱਗਦਾ ਰੁਕੂਗਾ ਰੇ? ਨਹੀਂ ਜੀ, ਇਹਨੇ ਕੀ ਰੁਕਣਾ ਜੀ, ਇਹਨੇ ਕੀ ਰੁਕਣਾ, ਜਦੋਂ ਸਾਡਾ ਲੋਕਡਾਊਨ 'ਚ ਨਹੀਂ ਰੁਕਿਆ। ਤੁਸੀਂ ਇਹ ਲਗਾ ਲਓ, ਹੁਣ ਤਾਂ ਵੈਸੇ ਚੱਲ ਪਿਆ ਸਭ ਕੁਛ, ਔਨਲਾਈਨ ਹੋ ਗਿਆ ਜੀ। ਤੁਸੀਂ ਪੈਟਰੋਲ ਪੰਪ ਤੇ ਲੱਗੇ ਹੋਏ ਹੋ, ਕਿੰਨੇ ਕਦੋਂ ਤੋਂ ਲਗਾਤਾਰ ਰੇਟ ਵੱਧ ਰਹੇ ਨੇ, ਕਿੰਨੇ ਕਿੰਨੇ ਪੈਸੇ ਵੱਧ ਰਿਹਾ ਜੀ? ਕਦੇ ਤਾਂ ਸਰ ਜੀ 1 ਰੁਪਿਆ ਵੱਧ ਜਾਂਦਾ, ਕਈ ਵਾਰੀ 4 ਰੁਪਏ ਵੱਧ ਜਾਂਦਾ, 5 ਰੁਪਏ ਦਾ। ਹੁਣ ਕੱਲ ਸੀਐਨਜੀ ਦਾ ਰੇਟ 5 ਰੁਪਏ ਵਧਿਆ ਪੂਰਾ ਬਿਨਾਂ ਉਸ ਤੋਂ। ਹਾਂ, ਸੀਐਨਜੀ ਕਹਿੰਦੇ ਸਸਤੀ ਪੈਂਦੀ ਹੈ, ਸੀਐਨਜੀ ਵੀ ਮਹਿੰਗੀ ਹੋ ਰਹੀ ਹੈ। ਮਹਿੰਗੀ ਹੋ ਰਹੀ ਹੈ ਜੀ, ਜਦੋਂ ਆਈ ਸੀ ਉਹਦਾ 52 ਰੁਪਏ ਰੇਟ ਸੀਗਾ, ਅੱਜ ਦਾ ਰੇਟ ਤੁਸੀਂ ਲਾ ਲਓ ਵੀ 76 ਰੁਪਏ 40 ਪੈਸੇ ਹੋ ਰਹੇ ਹੈ। ਕੀਰਤੀਪਾਲ, ਜ਼ੀ ਮੀਡੀਆ, ਸੰਗਰੂਰ।